ਸਤਿ ਸ਼੍ਰੀ ਅਕਾਲ ਦੋਸਤੋ, ਕੱਲ੍ਹ 23 ਮਾਰਚ ਨੂੰ ਭਗਵੰਤ ਮਾਨ ਵੱਲੋਂ ਇੱਕ ਆਪਣਾ ਵਟਸਐਪ ਨੰਬਰ ਜਾਰੀ ਕੀਤਾ ਗਿਆ, ਜਿਸ 'ਤੇ ਕਿ ਤੁਸੀਂ ਜੇਕਰ ਤੁਹਾਡੇ ਤੋਂ ਕੋਈ ਰਿਸ਼ਵਤ ਮੰਗਦਾ, ਰਿਸ਼ਵਤ ਦੀ ਮੰਗ ਕਰਦਾ, ਉਸ ਦੀ ਵੀਡੀਓ ਜਾਂ ਫਿਰ ਆਡੀਓ ਰਿਕਾਰਡਿੰਗ ਕਰਕੇ ਭੇਜ ਸਕਦੇ ਹੋ, ਜੋ ਕਿ ਸਿੱਧੀ ਪੰਜਾਬ ਦੇ ਮੁੱਖ ਮੰਤਰੀ ਕੋਲ ਪਹੁੰਚੇਗੀ, ਜਿਸ 'ਤੇ ਕਿ ਫੌਰੀ ਕਾਰਵਾਈ ਵੀ ਹੋਵੇਗੀ। ਦੱਸ ਦਈਏ ਕਿ ਕੱਲ੍ਹ ਨੰਬਰ ਜਾਰੀ ਕਰਦੇ ਹੀ ਮੁੱਖ ਮੰਤਰੀ ਕੋਲ ਇਹਨਾਂ ਸ਼ਿਕਾਇਤਾਂ ਦਾ ਢੇਰ ਲੱਗ ਪਿਆ। ਇੱਕ ਦਿਨ ਦੇ ਵਿੱਚ ਹੀ ਅਨੇਕਾਂ ਸ਼ਿਕਾਇਤਾਂ ਪਹੁੰਚੀਆਂ, ਜਿਨ੍ਹਾਂ ਦੇ ਵਿੱਚੋਂ ਪਹਿਲੀ ਸ਼ਿਕਾਇਤ ਪਹੁੰਚੀ ਸੀ ਬਠਿੰਡਾ ਦੇ ਨਾਇਬ ਤਹਿਸੀਲਦਾਰ ਦੀ। ਅਤੇ ਦੋਸਤੋ, ਹੁਣ ਇੱਕ ਹੋਰ ਸ਼ਿਕਾਇਤ ਪਹੁੰਚੀ ਹੈ ਜੋ ਸੁਵਿਧਾ ਕੇਂਦਰ ਦੀ ਹੈ, ਕਿ ਸੁਵਿਧਾ ਕੇਂਦਰ ਦੇ ਵਿੱਚ ਆਧਾਰ ਕਾਰਡ ਬਣਾਉਣ ਵਾਲਿਆਂ ਦੇ ਨਾਲ ਪੱਖਪਾਤ ਕੀਤਾ ਜਾਂਦਾ। ਇਹ ਦੋਸ਼ ਲਗਾਇਆ ਵੀਡੀਓ ਬਣਾਉਣ ਵਾਲੇ ਨੇ। ਕੀ ਆ ਪੂਰੀ ਕਾਰਵਾਈ ਦਿਖਾਉਂਦੇ ਹਾਂ ਤੁਹਾਨੂੰ। ਮੁੱਖ ਮੰਤਰੀ ਕੋਲ ਪਹੁੰਚੀ ਇਹ ਪਹਿਲੀ ਸ਼ਿਕਾਇਤ ਦੀ ਵੀਡੀਓਗ੍ਰਾਫੀ, ਅਤੇ ਨਾਲ ਹੀ ਤੁਹਾਡੇ ਨਾਲ ਇੱਕ ਹੋਰ ਖਾਸ ਵੀਡੀਓ ਵੀ ਸਾਂਝੀ ਕਰਾਂਗੇ ਅੱਜ ਦੇ ਇਸ ਅਪਡੇਟਸ ਦੀ ਲੜੀ ਦੇ ਵਿੱਚ ਹੀ, ਜਿੱਥੇ ਕਿ ਭਗਵੰਤ ਮਾਨ ਦੇ ਨਜ਼ਦੀਕੀ ਰਹਿਣ ਵਾਲੇ ਇੱਕ ਸ਼ਖਸ ਨੇ ਭਗਵੰਤ ਮਾਨ ਬਾਰੇ ਅਹਿਮ ਖੁਲਾਸੇ ਕੀਤੇ ਨੇ ਕਿ ਕਿਵੇਂ ਉਹਨਾਂ ਨੂੰ ਵਿਕਣ ਦੇ ਲਈ ਔਫਰਾਂ ਆਈਆਂ। ਸੋ ਤੁਸੀਂ ਵੀਡੀਓ ਪੂਰੀ ਦੇਖਣਾ, ਅਤੇ ਨਾਲ ਹੀ ਸਾਰੇ ਦੋਸਤਾਂ ਨੂੰ ਰਿਕੁਐਸਟ ਹੈ ਕਿ ਤੁਸੀਂ ਵੀ ਆਪਣੇ ਇਲਾਕੇ ਦਾ ਹਾਲ ਜ਼ਰੂਰ ਕਮੈਂਟ ਸੈਕਸ਼ਨ ਦੇ ਵਿੱਚ ਦੱਸਿਓ ਕਿ ਤੁਹਾਡੇ ਇਲਾਕੇ ਦੇ ਵਿੱਚ ਕਿਹੜੇ ਕਿਹੜੇ ਮਹਿਕਮੇ ਦੇ ਵਿੱਚ ਕਿਸ ਤਰ੍ਹਾਂ ਦੇ ਉਹਨਾਂ ਨੇ ਤਰੀਕੇ ਅਪਣਾਏ ਹੋਏ ਨੇ ਰਿਸ਼ਵਤਖੋਰੀ ਨੂੰ ਬੜਾਵਾ ਦੇਣ ਦੇ ਲਈ, ਰਿਸ਼ਵਤ ਇਕੱਠੀ ਕਰਨ ਦੇ ਲਈ। ਕਿਉਂਕਿ ਜ਼ਿਆਦਾਤਰ ਸਰਕਾਰੀ ਅਧਿਕਾਰੀ ਸਾਹਮਣੇ ਹੋ ਕੇ ਆਪ ਰਿਸ਼ਵਤ ਨਹੀਂ ਲੈਂਦੇ, ਬਲਕਿ ਉਹਨਾਂ ਨੇ ਆਪਣੇ ਨੁਮਾਇੰਦੇ ਅੱਗੇ ਰੱਖੇ ਹੁੰਦੇ ਨੇ। ਚਾਹੇ ਫਿਰ ਪਟਵਾਰੀਆਂ ਦੀ ਗੱਲ ਹੋਵੇ, ਉਹਨਾਂ ਨੇ ਆਪਣੇ ਅੱਗੇ ਜੋ ਪ੍ਰਾਈਵੇਟ ਮੁੰਡੇ ਰੱਖੇ ਨੇ ਰਿਸ਼ਵਤ ਫੜਨ ਦੇ ਲਈ, ਜੋ ਕਿ ਲਿਖਤ ਪੜ੍ਹਤ ਦਾ ਕੰਮ ਵੀ ਕਰਦੇ ਨੇ, ਜੋ ਕਿ ਕਿਤੇ ਨਾ ਕਿਤੇ ਲੌਜਿਕ ਤੌਰ 'ਤੇ ਵੀ ਗਲਤ ਹੈ ਕਿ ਸਰਕਾਰੀ ਮਹਿਕਮੇ ਦੇ ਜੋ ਕਾਗਜ਼ ਹੁੰਦੇ ਨੇ ਉਹਨਾਂ ਦੀ ਸਾਰੀ ਬਾਗਡੋਰ ਇਹਨਾਂ ਪ੍ਰਾਈਵੇਟ ਮੁੰਡਿਆਂ ਦੇ ਹੱਥਾਂ ਦੇ ਵਿੱਚ ਪਟਵਾਰੀਆਂ ਨੇ ਫੜਾਈ ਹੁੰਦੀ ਹੈ, ਅਤੇ ਉੱਥੇ ਹੀ ਕੁਝ ਰਜਿਸਟਰੀ ਲਿਖਣ ਵਾਲੇ ਵੀ ਰਿਸ਼ਵਤ ਲੈਂਦੇ ਨੇ, ਅਤੇ ਕੁਝ ਹੋਰ ਵੀ ਏਜੰਟ ਅੱਗੇ ਰੱਖੇ ਹੁੰਦੇ ਨੇ। ਤੁਹਾਡੇ ਇਲਾਕੇ ਦੇ ਵਿੱਚ ਕਿਸ ਮਹਿਕਮੇ ਦੇ ਵਿੱਚ ਕਿਸ ਨਜ਼ਰੀਏ ਦੇ ਨਾਲ ਕਿਸ ਤਰੀਕੇ ਦੇ ਨਾਲ ਰਿਸ਼ਵਤ ਇਕੱਠੀ ਹੁੰਦੀ ਹੈ, ਜੇਕਰ ਤੁਹਾਨੂੰ ਕੋਈ ਜਾਣਕਾਰੀ ਹੈ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਸਾਂਝੀ ਕਰ ਸਕਦੇ ਹੋ। ਅਤੇ ਤੁਸੀਂ ਦੇਖੋ ਮੁੱਖ ਮੰਤਰੀ ਨੂੰ ਭੇਜੀ ਗਈ ਸ਼ਿਕਾਇਤ ਦੀ ਇਹ ਵੀਡੀਓ, ਨਾਲ ਹੀ ਇੱਕ ਖਾਸ ਵੀਡੀਓ ਵੀ ਤੁਹਾਡੇ ਨਾਲ ਬੈਕ ਟੂ ਬੈਕ ਇਸ ਦੇ ਨਾਲ ਹੀ ਹੈ। ਸੋ ਵੀਡੀਓ ਅਖੀਰ ਤੱਕ ਜ਼ਰੂਰ ਦੇਖਣਾ, ਅਤੇ ਨਵੇਂ ਦੋਸਤ ਜਿਹੜੇ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ, ਜਾਂ ਫਿਰ ਜਿਨ੍ਹਾਂ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੋਇਆ, ਹਰ ਇੱਕ ਤਾਜ਼ਾ ਖਬਰ ਅਤੇ ਖਾਸ ਵੀਡੀਓ ਪਹਿਲਾਂ ਅਤੇ ਸਭ ਤੋਂ ਤੇਜ਼ ਦੇਖਣ ਦੇ ਲਈ ਹੁਣੇ ਵੀਡੀਓ ਦੇ ਥੱਲੇ ਦੇਖ ਰਹੇ ਰੈੱਡ ਕਲਰ ਦੇ ਸਬਸਕ੍ਰਾਈਬ ਬਟਨ ਤੋਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਬੈਲ ਜ਼ਰੂਰ ਆਲ ਵਾਲੀ ਆਪਸ਼ਨ 'ਤੇ ਸਿਲੈਕਟ ਕਰ ਲਿਓ, ਤਾਂ ਕਿ ਹਰ ਇੱਕ ਤਾਜ਼ਾ ਖਬਰ ਦਾ ਅਪਡੇਟ, ਹਰ ਇੱਕ ਤਾਜ਼ਾ ਖਬਰ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲਦਾ ਰਹੇ, ਅਤੇ ਨਾਲ ਹੀ ਵੀਡੀਓ ਨੂੰ ਲਾਈਕ ਕਰਕੇ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਨਾ ਨਾ ਭੁੱਲਣਾ। मुझे सारा बताओ क्या क्या इसमें नहीं होगा जी। मैडम वो मैं करूंगा क्योंकि यह इजाजत है। जे पंजाब दे विच सियासी पार्टियां ने किसी बंदे नू खरीदना ही हुंदा, बोली लाउणी हुंदी, तां भगवंत मान नू 1000 करोड़ दी भी बोली ला दिंदे। जे उहनूं बिकणा हुंदा फिर बिक जांदा। जिद्दण उह पीपीपी पार्टी च सीगा उदों साडे सांझे मित्र इह कहिंदे सी कि 10 करोड़ रुपया दिंदे आ। मनप्रीत बादल दे खिलाफ वी ना बोले, अमरीका चले जावे 1 महीने लई जिन्ने चिर चोणां ने, ਉੱਥੇ ਦੇ ਬੈਂਕਾਂ 'ਚ ਪਹੁੰਚਾ ਦੇਵਾਂਗੇ। ਉੱਥੋਂ ਉੱਥੇ ਰਹੇ, ਕੁਛ ਨਾ ਬੋਲੇ, ਚੋਣਾਂ ਤੋਂ ਬਾਅਦ ਆ ਜਾਵੇ। ਇੱਕ ਘਟਨਾ ਦਾ ਮੈਂ ਚਸ਼ਮਦੀਦ ਗਵਾਹ ਹੈ, ਵਿੱਚ ਸੀ, ਸਾਡੇ ਰਾਹੀਂ ਔਫਰਾਂ ਗਈਆਂ। ਫਿਰ ਇੱਕ ਜਦੋਂ ਲਹਿਰੇ ਕਾਕੇ ਤੋਂ ਪਹਿਲੀ ਵਾਰੀ ਭਗਵੰਤ ਮਾਨ ਖੜ੍ਹੇ, ਮੈਨੂੰ ਰਾਤ ਨੂੰ ਅਸੀਂ ਸ਼ੋਰ ਇਹਦਾ ਰੋਡ ਸ਼ੋਅ ਕਰਿਆ, ਉਦੋਂ ਬੱਬੂ ਮਾਨ ਵੀ ਗਏ ਸੀ ਪਹਿਲੀ ਵਾਰੀ। ਉਹ ਮੈਨੂੰ ਕਹਿੰਦਾ ਵੀ ਹਾਰ ਪੱਕੀ ਆ, ਜਿੱਤ ਤਾਂ ਸਕਦਾ ਜੇ ਸਰਸੇ ਵਾਲੇ ਦੇ ਜਾਊਂਗਾ। ਮੈਂ ਕਿਹਾ ਬਈ ਅਸੀਂ ਤਾਂ ਦੇਖੋ ਪੈਕ ਸ਼ੈਕ ਲਾਉਣੇ ਸੀਗੇ। ਮੈਂ ਕਿਹਾ ਵੀ ਜਾਣਾ ਨਹੀਂ। ਕਹਿੰਦਾ ਫਿਰ ਕੱਲ੍ਹ ਨੂੰ ਗਾਲਾਂ ਨਾ ਕੱਢਿਓ ਵੀ ਜਾ ਆਉਂਦਾ, ਜਿੱਤ ਜਾਣਾ ਸੀ, ਵੀ ਤੁਸੀਂ ਫਿਰ ਜਿਹੜੇ ਦੋਸਤ ਤੁਰੇ ਹੋ ਵੀ ਤੁਹਾਨੂੰ ਕਹਿਣਾ ਵੀ ਕੀ ਆ। ਮੈਂ ਕਿਹਾ ਯਾਰ ਆਪਾਂ ਮਾਨ ਸਾਹਿਬ ਜਦੋਂ ਸਿਆਸਤ 'ਚ ਤੁਸੀਂ ਤੁਰੇ ਹੈ ਵੀ ਗੱਲਾਂ ਬਾਤਾਂ ਆਪਾਂ ਕੀ ਕਰਦੇ ਹੁੰਦੇ ਹਾਂ, ਵੀ ਯਾਰ ਸਿਸਟਮ ਬਦਲਣਾ। ਜੇ ਫਿਰ ਡੇਰਿਆਂ 'ਤੇ ਜਾਣਾ ਫਿਰ ਕਿਵੇਂ ਸਿਸਟਮ ਬਦਲੂਗਾ। ਉਹ ਦੂਜੇ ਦਿਨ ਸਾਰਾ ਦਿਨ ਉਹ ਡੇਰੇ ਵਾਲੇ ਮੇਰੇ ਨਾਲ ਸੰਪਰਕ 'ਚ ਰਹੇ। ਮੈਂ ਉਹਨਾਂ ਦੀਆਂ ਚਲੋ ਅਸੀਂ ਆਪਣੇ ਲੈਵਲ 'ਤੇ ਵੀ ਕੋਈ ਨਹੀਂ ਜੀ, ਜਿੱਤਣ ਤੋਂ ਬਾਅਦ ਜਾਵਾਂਗੇ,
ਬਾਅਦ 'ਚ ਅਸੀਂ ਚਾਹੁੰਦੇ ਹਾਂ ਜਿੱਤ ਕੇ ਬਾਬਾ ਜੀ ਦਾ ਸ਼ੀਰ, ਉਹ ਵੋਟਾਂ ਦਾ ਮਸਲਾ ਸੀ ਉਹ ਨਹੀਂ ਗਿਆ। ਤੀਜੀ ਘਟਨਾ, ਤਿੰਨ ਫੇਸ ਦੇ ਵਿੱਚ ਮੈਨੂੰ ਸ਼ਾਮ ਨੂੰ 5 ਵਜੇ ਫੋਨ ਆਉਂਦਾ ਵੀ ਕਿੱਥੇ ਆ, ਮੈਂ ਕਿਹਾ ਮੈਂ 3 ਫੇਸ 'ਚ ਹੀ ਹਾਂ, ਆਪਾਂ ਇਕੱਠੇ ਹੁੰਦੇ ਹਾਂ। ਮੇਰੇ ਘਰ ਗੱਡੀਆਂ ਦੇ ਗੇੜੇ ਵੱਜ ਰਹੇ ਨੇ, ਮਨਪ੍ਰੀਤ ਬਾਦਲ ਜੀ ਕਾਂਗਰਸ 'ਚ ਪਾਰਟੀ ਮਰਜ ਕਰ ਰਹੇ ਨੇ। ਚੱਲ ਅਸੀਂ ਇਕੱਠੇ ਗੱਡੀ 'ਚ ਹੋਏ, ਇੱਕ ਤੋਂ ਬਹਿ ਗਏ, ਇਕਬਾਲ ਸਿੰਘ ਢਿੱਲੋਂ ਸਾਡਾ ਫਿਲਮ ਪ੍ਰੋਡਿਊਸਰ ਉਹਦੀ ਕੋਠੀ, ਮਨਪ੍ਰੀਤ ਹੋਣਾ ਦੇ ਨੂੰ ਫੋਨ ਆ ਰਹੇ ਨੇ। ਇਹ ਕਹਿੰਦਾ ਵੀ ਯਾਰ ਆਪਾਂ ਖਟਖੜ ਕਲਾਂ ਤਾਂ ਬਾਦਲ ਸਾਹਿਬ ਸਹੁੰ ਚੁੱਕ ਕੇ ਆਏ ਹਾਂ, ਵੀ ਹੁਣ ਕਿਹੜੇ ਮੂੰਹ ਨਾਲ ਮੈਂ ਭਗਤ ਸਿੰਘ ਦੀ ਸਮਾਧ 'ਤੇ ਜਾ ਕੇ ਫਿਰ ਕਹੂੰਗਾ ਮੈਂ ਕਾਂਗਰਸ ਸ਼ਾਮਲ ਹੋ ਗਿਆ। ਉਹ ਕਹਿੰਦੇ ਤੈਨੂੰ ਅਸੀਂ ਨਾ, ਇਹ ਕਹਿੰਦਾ ਨਾਲੇ ਮੈਂ ਪਿੰਡਾਂ 'ਚ ਕਿਵੇਂ ਚੋਣਾਂ 'ਚ ਜਾਊਂਗਾ, ਤੈਨੂੰ ਅਸੀਂ ਚੋਣ ਰਾਜਨੀਤੀ ਤੋਂ ਬਾਹਰ ਰੱਖਾਂਗੇ, ਤੈਨੂੰ ਰਾਜ ਸਭਾ ਦੀ ਮੈਂਬਰੀ ਬੰਬੇ ਦੇ ਹਿੱਸੇ 'ਚੋਂ ਦੇ ਦਿੰਦੇ, ਬੰਬੇ ਦੀ ਇੱਕ ਸੀਟ ਖਾਲੀ ਪਈ ਆ। ਇਹ ਮੇਰੇ ਸਾਹਮਣੇ ਜੀ, ਮਤਲਬ 3 ਘਟਨਾਵਾਂ ਦਾ ਚਸ਼ਮਾ। ਕਹਿੰਦਾ ਬਾਦਲ ਸਾਹਿਬ ਆਪਾਂ ਮਿਸ਼ਨ 'ਤੇ ਆਏ ਤੇ ਤੁਸੀਂ ਮੈਨੂੰ ਕਮਿਸ਼ਨ ਦੇਣ ਲੱਗ, ਮੈਂ ਰਾਜ ਸਭਾ ਦੀਆਂ ਮੈਂਬਰੀਆਂ ਲੈਣ ਤਾਂ ਆਇਆ ਹੀ ਨਹੀਂ। ਮਤਲਬ ਇਹ ਇੰਨੀਆਂ ਘਟਨਾਵਾਂ ਸਾਡੇ ਸਾਹਮਣੇ ਹੋਈਆਂ, ਇਹ ਕਦੇ ਵਿਕਣੇ ਵਾਲੇ ਨਹੀਂ। ਇੱਕ ਗੱਲ ਮੰਨ ਲਓ, ਮੈਂ ਇਹ ਗੱਲ ਕਹਿਣਾ ਹੁੰਦਾ ਚਾਓ ਸਾਰਿਆਂ ਨੂੰ ਆ, ਜਿੰਨੇ ਵੀ ਲੋਕ ਆ, ਗਲਤ ਕੰਮ ਇਹਨੇ ਸਾਡੀ ਮਾਂ ਦੇ ਕਹੇ 'ਤੇ ਵੀ ਨਹੀਂ ਕਰਨਾ, ਬੇਬੇ ਦੇ ਭਵਨ 'ਤੇ, ਸਹੀ ਇਹਨੇ ਵਿਰੋਧੀ ਦਾ ਵੀ ਨਹੀਂ ਰੋਕਣਾ। ਮਤਲਬ ਇਹਦੀ ਲਾਈਨ ਹੈ, ਇਹ ਕਿਸੇ ਦਾ ਰੋਕ ਹੀ ਨਹੀਂ ਸਕਦਾ। ਜਿੱਦ ਇਹ 'ਚ ਸਾੜਾ ਨਹੀਂ, ਜਿੱਦ ਨਹੀਂ। ਲੋਕਾਂ ਨੂੰ ਲੱਗਦੀ ਹੁੰਦੀ ਸੀ ਵੀ ਫਲਾਣੇ ਨੂੰ ਕਢਾ ਤਾ, ਫਲਾਣੇ ਨੂੰ ਲਿਆ ਤਾ। ਤੁਸੀਂ ਯਾਦ ਕਰੋ ਇੱਕ ਵਾਰੀ ਮੀਡੀਆ ਵੀ ਸਾਰੇ ਵੀ ਨਵਜੋਤ ਸਿੱਧੂ ਨੂੰ ਲਿਆ ਵੀ, ਆਮ ਆਦਮੀ ਨਵਜੋਤ ਸਿੱਧੂ ਨੂੰ ਲਿਆ, ਅਤੇ ਨਵਜੋਤ ਸਿੱਧੂ ਸਾਹਿਬ ਨੇ ਹਾਲ ਕੀ ਕਰਤਾ ਫਿਰ, ਜੇ ਲਿਆਇਆ ਹੁੰਦਾ ਕੀ ਹੁੰਦਾ ਹਾਲ। ਇਹ ਬਣਿਆ ਹੀ ਹੋਰ ਮਿੱਟੀ ਦਾ ਹੋਇਆ, ਇਹ ਨਹੀਂ ਵਿਕ ਸਕਦਾ। ਆਪਣਾ ਭਗਵਾਨ